असलामुअलैकुम दोस्तों, तुसी वेख रहे हो पाक टीवी ते मैं तुहाडा दोस्त मोहम्मद आसिफ। दोस्तों हर रोज तुहाडे वास्ते नवें ते नवीं वीडियो लैके हाजिर होने हैं। दोस्तों तुहाडे वास्ते लैके आए मज कैमरामैन मज खंदा, फिर आपां मालिक नाल गल करने हैं। फैसलाबाद जिथे दोस्तों इमाज खड़ोती है, कितने सू है खुराक अच्छा भाई नियाज है ना, राती सोई है, तुसा कितना बड़ा चाहिए इन्ना जी? ऐसे एक थान कटिन पे आया है जी, एक थान चौन 10 किलो ने बड़ा चाहिए पक्का जड़ा पक्का जी इंशाल्लाह जो अच्छा ऐसे जो नहीं मार। अच्छा अच्छा अगला सुबह तुम्हारे घर कितने हो? अगले सुबह साढ़े को 12 घंटे में दो देंगे, दो मटन पिछली जोड़ी अच्छा पिछली जोड़ी अगले जड़े अगले से फाड़ना सुना देंगे दोबारा।
ਤੇ ਹੁਣ ਤੁਹਾਡਾ ਅੰਦਾਜ਼ਾ ਕਿੰਨਾ ਕੁ ਦੁੱਧ ਕਰ ਜਾ ਸੀ ਵੀ ਨਾਲ ਪੱਕਾ ਜਿਆ ਦੱਸਣਾ ਹੈ ਮੇਰਾ ਗਲਾ ਪੱਕਾ ਜੀ ਨਹੀਂ ਜੀ ਬਿਲਕੁਲ ਪੱਕਾ ਹੀ ਕਰਨੀ ਤਾਂ ਖੁਦਾ ਦੀ ਹੁੰਦੀ ਹੈ ਲੇਕਿਨ ਇਹ ਕੁਝ ਸਾਰਾ ਪੱਕਾ ਦੁੱਧ ਹੈ ਹੁਣ ਜਿਹੜਾ ਚੋਣਾ ਹੈ ਨਾ ਹੁਣ ਤਕਰੀਬਨ ਬਾਈ ਤੁਸੀਂ ਆ ਜਾਣਾ ਬਾਈ ਨੂੰ ਵੀ ਬਾਈ ਵੀ ਨਾਲ ਹੈ ਵੱਡੇ ਬਾਈ ਨੇ ਇਹਨਾਂ ਦੇ ਤੁਸੀਂ ਆ ਜਾਓ ਤੁਸੀਂ ਵੀ ਆ ਜਾਓ ਵੱਡੇ ਬਾਈ ਨੇ ਆਪਣੇ ਹਾਂ ਪੱਠੇ ਪੁੱਠੇ ਪਾਉਂਦੇ ਹਨ ਤਾਂ ਫਿਰ ਇਹਨਾਂ ਨੂੰ ਜ਼ਿਆਦਾ ਬਿਹਤਰ ਪੱਕਾ ਜ਼ਿਆਦਾ ਨੇ ਬਾਈ ਹੋਰ ਅੱਛਾ ਕਿਤਨਾ ਤੁਸੀਂ ਦੱਸ ਰਹੇ ਤੁਸੀਂ ਵੀ ਬੋਲਦੇ ਪਿਆ ਬਾਈ ਮਹਿਸੂਸ ਨਾ ਕਰ ਰਹਾ ਪਰ ਸਾਰੀ ਚੁੰਦਰ ਆ 17 18 ਦੀ ਗੱਲ ਪਈ ਨਿੱਕੀ ਮਾਜੋ ਅੱਛਾ ਤੇ ਤਾਰੀ ਦੂਸਰੇ ਸੂਬੇ 21 ਜ਼ਿਆਦਾ ਦੇਣਾ ਹੋਇਆ ਤੁਹਾਡਾ ਅੰਦਾਜ਼ਾ ਸੀ ਇੱਕ ਚੁਆਈ ਚੋਈ ਇੱਕ ਮਾਜ ਦਾ 10 ਕਿਲੋ ਚੋਇਆ ਹੈ ਬਾਬਾ ਤੇ ਹੁਣ ਦੁਬਾਰੇ ਦੋ ਡੰਗ ਥੋੜਾ ਘਟਦੇ ਸੀ ਮੁੜ ਦਿਹਾੜੀ ਦੇਣ ਪਰ ਵਧਦੇ ਜਾਂ ਸੀ ਠੀਕ ਹੋ ਗਿਆ ਜੀ ਆ ਜਿਵੇਂ ਦਿਹਾੜੀ ਪਣ ਉਵੇਂ ਦੁੱਧ ਰੜਦਾ ਹੈ ਜੇ 8 ਦਿਓ ਜੇ ਉਸ ਇਨਸ਼ਾਅੱਲਾ ਤਾਲਾ 15 16 ਗੱਡੀ ਦੋ ਜੀ ਅੱਛਾ ਜੀ ਸਾਡੇ ਕੋਈ ਦੋਸਤ ਆਉਂਦੇ ਨੇ ਅਸੀਂ ਤੁਹਾਨੂੰ ਬਿਆਨਾ ਦਿੰਨੇ ਆ ਇਤਨਾ ਸਾਨੂੰ ਚਵਾ ਕੇ ਦਿਓ ਤਾਂ ਮੁੜ ਕੀ ਆਪਾਂ ਤੇ ਮਾਝ ਤੇ 8 10 ਦਿਓ ਚੋਲ ਇਹ ਕਿਹੜਾ ਬਸ ਇਤਨਾ ਦੁੱਧ ਕਰ ਦੇਣਾ 17 18 ਚਲੋ ਜੀ ਅੱਛਾ ਬਾਈ ਨੂੰ ਕੀਮਤ ਜਿਹੜਾ ਤੁਸੀਂ ਕਰਨੀ ਹੈ ਹਾਂਜੀ ਕਿਤਨੀ ਕੀਮਤ ਸਾਨੂੰ ਬੈਜਾਨ ਇਸ ਦੇ ਲੱਗਦੇ ਵੀ ਪਏ ਨੇ ਆਂਦੇ ਵੀ ਪਏ ਨੇ ਜਾਂਦੇ ਵੀ ਪਏ ਨੇ ਅਸਾਂ ਉੱਥੇ ਦੇਣੀ ਜਿੱਥੇ ਸਾਨੂੰ ਬਿਲਕੁਲ ਤਵਾਰੇ ਦੀ ਦਿੱਤੇ ਹੁਣ ਲੇਕਿਨ ਇੱਕ ਮੇਰੇ ਸਾਡੇ ਹਿਸਾਬ ਨਾਲ ਅਗਰ ਦੋਸਤ ਪਤਾ ਹੀ ਸਫ਼ਰ ਕਰਕੇ ਹੁੰਦੇ ਲੈਂਦੇ ਨੇ ਇਸ ਤਰ੍ਹਾਂ ਇਹ ਜਨਾ ਸਰ ਦੋ ਗੱਲਾਂ ਕਰਨੀ ਹੀ ਕੋਈ ਨਹੀਂ ਤੁਹਾਨੂੰ ਦੱਸ ਦਿੱਤਾ 3.5 ਪੱਕੀ ਫਾਈਨਲ ਕਿ ਤੁਹਾਡੀ ਜੇ ਤੁਸੀਂ ਅਗਰ ਲੈਣਾ ਚਾਹੋ ਤੇ 40 ਤੋਂ ਘੱਟ ਸਾਂ 3.40 ਤੋਂ ਘੱਟ ਨਹੀਂ ਅੱਛਾ ਹਾਂ ਇਹ ਪੱਕੀ ਕੋ ਸਾਡੇ ਦੋਸਤ ਅਗਰ ਪਸੰਦ ਕਰਨ ਤਾਂ ਆਉਂਦੇ ਨੇ ਲੈਣ ਇੱਥੇ ਅਗਰ ਸਫ਼ਰ ਕਰਕੇ ਆਉਂਦੇ ਨੇ ਡਾਲਿਆਂ ਦੇ ਕਿਰਾਏ ਭਰਦੇ ਨੇ ਤੇ ਮੁੜ ਤੁਸੀਂ ਪਿਆਰ ਮੁਹੱਬਤ ਜੀ ਤੁਹਾਡੇ ਨਾਲ ਅਸੀਂ ਕਰ ਛੱਡਿਆ ਜਿਹੜਾ ਜੀ ਇਸ ਤੋਂ ਅੱਗੇ ਵੀ ਤੁਸੀਂ ਦੇਖ ਲਓ ਚਲੋ ਦੋਸਤੋ ਮੈਂ ਤੁਹਾਨੂੰ ਵਿਖਾ ਦਿੱਤੀ ਹੈ ਦੂਸਰੇ ਸੂਏ ਦੀ ਇਹ ਭੂਰੇ ਰੰਗ ਦੀ ਹੈ ਕੱਦ ਦਰਮਿਆਨਾ ਇਸ ਨੂੰ ਮਾਸ਼ਾਅੱਲਾ ਉਵਾਨਾ ਚੰਗਾ ਇਸ ਨੂੰ ਸੋਹਣਾ ਥੱਲੇ ਕੱਟੀ ਹੈ ਕੱਟੀ ਮਾਸ਼ਾਅੱਲਾ ਬੜੀ ਸੋਹਣੀ ਹੈ 5 ਕਲੀਆਂ ਜਿਹਨੂੰ ਆਉਂਦੇ ਨੇ ਕੱਟੀ ਹੈ ਯਾਨੀ ਕਿ ਚਾਰੇ ਪੈਰ ਚਿੱਟੇ ਸੂ ਮੂੰਹ ਵੀ ਚਿੱਟਾ ਸੂ ਚੈਨ ਵਾਲੇ ਜਿਹਨੂੰ ਕੱਟੀਆਂ ਦੇ ਨੇ ਸੋਹਣਾ ਉਵਾਨਾ ਇਸ ਨੂੰ ਅੱਖਾਂ ਮਾਝ ਦੀਆਂ ਚਿੱਟੀਆਂ ਨੇ ਉੱਠਾ ਚੰਗਾ ਇਸ ਨੂੰ ਕੱਦ ਦਰਮਿਆਨਾ ਇਸ ਨੂੰ ਅਤੇ ਬਾਈ ਹੋਰੀ ਕਹਿ ਰਹੇ ਨੇ ਤਕਰੀਬਨ ਪਹਿਲੇ ਸੂਏ ਜਿਹੜਾ ਨਾ 12 ਲੀਟਰ ਦਿੰਦੀ ਸੀ ਪਿਛਲੇ ਦੋ ਥਾਣਾਂ 'ਚੋਂ ਤਾਂ ਹੁਣ ਇਨਸ਼ਾਅੱਲਾ ਦੁੱਧ ਵਧਾਏਗੀ 2-3 ਲੱਖ 40 ਹਜ਼ਾਰ ਰੁਪਇਆ ਬਾਈ ਹੋਰੀ ਕਹਿ ਰਹੇ ਨੇ ਤਾਂ ਤੁਸੀਂ ਪਸੰਦ ਕਰੋ ਦੋਸਤੋ ਬਾਈ ਹੋਰਾਂ ਨਾਲ ਪਿਆਰ ਮੁਹੱਬਤ ਹੋਰ ਕਰਸੋ ਯਾਰ ਸਾਡੇ ਦੋਸਤ ਦੇ ਅਗਰ ਲਵਣ ਤਾਂ ਆਖੋ ਦੱਸੇ ਵੀ ਅਸੀਂ ਕਰਸਾਂ ਕੋਈ ਜੀ ਕੋ 2-4 ਦੀ ਅਸੀਂ ਲੈਸ ਕਰ ਦਿੰਦੇ ਚਲੋ ਠੀਕ ਹੈ ਦੋਸਤੋ ਸਾਰਾ ਤੁਹਾਨੂੰ ਦੱਸ ਦਿੱਤਾ ਤੁਸੀਂ ਪਸੰਦ ਕਰਕੇ ਖਰੀਦ ਸਕਦੇ ਹੋ ਅਸੀਂ ਇੱਕ ਵਾਰ ਫਿਰ ਕਹਿੰਦੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਲਾਈਕ ਬਟਨ ਜ਼ਰੂਰ ਪ੍ਰੈਸ ਕਰੋ ਤਾਂ ਕਿ ਸਾਡੀ ਹਰ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਮਿਲਾਂਗੇ ਦੋਸਤੋ ਅਗਲੀ ਵੀਡੀਓ 'ਚ ਜਦੋਂ ਦੇ ਖੁਦਾ ਹਾਫਿਜ਼